ਮੋਦੀ ਸਾਹਿਬ ਪੰਜਾਬ ਨੂੰ ਇੱਕ ਉਹਨਾਂ ਦੇ ਟਵਿੱਟਰ ਅਕਾਊਂਟ ਦੇ ਉੱਤੇ ਉਹਨਾਂ ਨੂੰ ਮੇਲ ਵੀ ਕੀਤਾ ਮੈਂ ਚਿੱਠੀ ਲਿਖੀ ਹੈ ਜਿਹਦੇ ਵਿੱਚ ਮੈਂ ਡਿਮਾਂਡ ਕੀਤੀ ਹੈ ਕਿ ਤੁਸੀਂ ਉਹ ਫੈਸਲਾ ਰਿਵਿਊ ਕਰੋ ਜਿਹੜੇ ਫੈਸਲੇ ਵਿੱਚ ਤੁਸੀਂ ਇਹ ਕਿਹਾ ਕਿ ਕੋਵਿਡ ਕਰੋਨਾ ਦੇ ਪੇਸ਼ੈਂਟ ਕਿਸੇ ਵੀ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਕਰਾਉਂਦੇ ਆ ਤੇ ਉਹ ਖਰਚਾ ਆਪਣੇ ਪੱਲਿਓਂ ਕਰਨ ਮੈਂ ਮੁੱਖ ਮੰਤਰੀ ਸਾਹਿਬ ਅੱਗੇ ਅਪੀਲ ਬੇਨਤੀ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਇਲਾਜ ਕਰਾਉਣ ਵਾਸਤੇ ਜਿਹਨੂੰ ਕਰੋਨਾ ਪੋਜ਼ਿਟਿਵ ਆ ਗਿਆ ਕਰੋਨਾ ਦੀ ਬਿਮਾਰੀ ਆ ਗਈ ਲਾਕਡਾਊਨ ਕਾਰਨ ਕੰਮ ਕੋਈ ਨਹੀਂ ਪੈਸੇ ਹੈ ਨਹੀਂ ਗੇ ਕੋਈ ਪ੍ਰਾਪਰਟੀ ਮਕਾਨ ਮਕਾਨ ਵਿਕ ਨਹੀਂ ਸਕਦਾ ਨਹੀਂ ਵਿਕ ਰਿਹਾ ਕੋਈ ਸ਼ਾਹੂਕਾਰ ਦੇ ਕੋਲੋਂ ਬੰਦਾ ਵਿਆਜ ਤੇ ਪੈਸੇ ਨਹੀਂ ਲੈ ਸਕਦਾ ਕੋਈ ਗੱਡੀ ਗਹਿਣਾ ਨਹੀਂ ਵਿਕ ਰਿਹਾ ਸੋ ਤੁਸੀਂ ਮੈਂ ਇੱਕ ਨਾਲ ਸੁਝਾਅ ਦਿੱਤਾ ਮੁੱਖ ਮੰਤਰੀ ਸਾਹਿਬ ਨੂੰ ਪਿਛਲੇ ਦਿਨਾਂ ਦੇ ਵਿੱਚ ਦੇਖਣ ਦੇ ਵਿੱਚ ਆਇਆ ਕੀ ਹੈ ਕਿ ਕੋਈ ਕਰੋਨਾ ਪੇਸ਼ੈਂਟ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ 3 ਦਿਨ ਬਿਮਾਰੀ ਦਾ ਇਲਾਜ ਕਰਾਉਣ ਲਈ ਗਿਆ ਬਿੱਲ ਕਿੰਨਾ ਬਣਿਆ ਕਿਸੇ ਦਾ 4 ਲੱਖ ਕਿਸੇ ਦਾ 5 ਲੱਖ ਮੈਂ ਸੁਝਾਅ ਦਿੱਤਾ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਕਰੋਨਾ ਬਿਮਾਰੀ ਤੋਂ ਪੀੜਤ ਬੰਦੇ ਲਈ ਦਵਾਈ ਕੋਈ ਨਹੀਂ ਹੈਗੀ ਉਹ ਤਾਂ ਨੋਮੀਨਲ ਆ ਬੈੱਡ ਆਕਸੀਜਨ ਤੇ ਵੈਂਟੀਲੇਟਰ ਤੁਸੀਂ ਇਸ ਬੈੱਡ ਦੀ ਫੀਸ ਨਿਰਧਾਰਿਤ ਕਰ ਦਿਓ ਆਕਸੀਜਨ ਦੀ ਫੀਸ ਨਿਰਧਾਰਿਤ ਕਰ ਦਿਓ ਤੇ ਵੈਂਟੀਲੇਟਰ ਦੀ ਫੀਸ ਨਿਰਧਾਰਿਤ ਕਰ ਦਿਓ ਬਹੁਤ ਛੋਟੀ ਜਿਹੀ ਰਕਮ ਦਾ ਬਿੱਲ ਬਣੇਗਾ ਤੇ ਉਹ ਛੋਟੀ ਜਿਹੀ ਰਕਮ ਦਾ ਬਿੱਲ ਸਰਕਾਰ ਨੂੰ ਦੇਣਾ ਸਰਕਾਰੀ ਖਜ਼ਾਨੇ ਦੇ ਕੋਈ ਬੋਝ ਨਹੀਂ ਗਾ ਤੁਸੀਂ ਸਾਰੇ ਪੰਜਾਬ ਦੇ ਵਿੱਚ ਬਹੁਤ ਚੰਗਾ ਇੱਕ ਮੈਸੇਜ ਦੇ ਸਕਦੇ ਹੋ ਪੂਰੇ ਦੇਸ਼ ਦੇ ਅੰਦਰ ਇੱਕ ਮੈਸੇਜ ਜਾ ਸਕਦਾ ਤੁਹਾਡੀ ਸਰਕਾਰ ਦਾ ਵੀ ਅਸੀਂ ਕਰੋਨਾ ਬਿਮਾਰੀ ਤੋਂ ਪੀੜਤ ਲੋਕਾਂ ਦਾ ਕਿਸੇ ਵੀ ਪ੍ਰਾਈਵੇਟ ਹਸਪੀਟਲ ਛੋਟੇ ਵੱਡੇ ਚਲੇ ਜਾਣ ਪੰਜਾਬ ਸਰਕਾਰ ਉਹਨਾਂ ਦਾ ਇਲਾਜ ਮੁਫ਼ਤ ਕਰਾਊਗੀ ਫ੍ਰੀ ਕਰਾਊਗੀ ਸਰਕਾਰੀ ਖਰਚੇ ਦੇ ਉੱਤੇ ਬਸ਼ਰਤੇ ਕਿ ਤੁਸੀਂ ਜਿਹੜੀ ਪ੍ਰਾਈਵੇਟ ਹਸਪੀਟਲਾਂ ਦੀ ਲੁੱਟ ਹੈਗੀ ਆ ਉਹਦੇ ਤੇ ਨਕੇਲ ਤੇ ਕਾਬੂ ਪਾਉਣ ਲਈ ਬੈੱਡ ਦਾ ਖਰਚਾ ਆਕਸੀਜਨ ਦਾ ਖਰਚਾ ਤੇ ਵੈਂਟੀਲੇਟਰ ਦਾ ਫੀਸ ਜਿਹੜੀ ਖਰਚਾ ਉਹ ਨਿਰਧਾਰਿਤ ਕਰ ਦਿਓ ਸੋ ਲੋਕ ਵੀ ਤੁਹਾਡੀ ਸਰਕਾਰ ਦੀ ਵਾਹਵਾ ਕਰਨਗੇ ਤੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਕਿਉਂਕਿ ਇੱਕ ਤਾਂ ਜਦੋਂ ਬੰਦਾ ਬਿਮਾਰ ਹੋ ਗਿਆ ਪਰਿਵਾਰ ਦੇ ਵਿੱਚ ਹੜਕੰਪ ਮੱਚ ਜਾਂਦਾ ਜਿਹੜਾ ਕਰੋਨਾ ਪੋਜ਼ਿਟਿਵ ਆ ਗਿਆ ਤੇ ਦੂਸਰਾ ਉਹਦੀ ਪਾਕਟ ਪੈਸੇ ਨਹੀਂ ਹੈਗੇ ਲਾਕਡਾਊਨ ਕਾਰਨ ਸਾਰਾ ਕੁਝ ਬੰਦ ਪਿਆ ਲੋਕ ਲਾਕਡਾਊਨ ਨੂੰ ਅਵੇ ਕਰ ਰਹੇ ਆ ਸੋ ਇਲਾਜ ਦੀ ਮੈਂ ਜਿਹੜਾ ਅਪੀਲ ਤੇ ਬੇਨਤੀ ਕਰਕੇ ਇੱਕ ਚਿੱਠੀ ਪਾਈ ਹੈ ਤੇ ਦੂਸਰਾ ਮੇਰੀ ਡਾਕਟਰ ਸਹਿਬਾਨਾ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਤੇ ਅਪੀਲ ਹੈਗੀ ਬਹੁਤ ਸਾਰੇ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਇੱਦਾਂ ਦੀਆਂ ਆ ਰਹੀਆਂ ਨੇ ਕਿ ਡਾਕਟਰ ਕਰੋਨਾ ਮਰੀਜ਼ਾਂ ਪ੍ਰਤੀ ਬਹੁਤ ਵੱਡੀ ਪੱਧਰ ਤੇ ਅਣਗਹਿਲੀ ਤੇ ਅਣਦੇਖੀ ਕਰ ਰਹੇ ਉਹਨਾਂ ਦਾ ਪ੍ਰੋਪਰ ਇਲਾਜ ਨਹੀਂ ਕਰ ਰਹੇ ਸਾਨੂੰ ਪਤਾ ਵੀ ਇਲਾਜ ਨਹੀਂ ਹੈਗਾ ਕੋਈ ਬਟ ਉਹਦੀ ਕੇਅਰ ਟੇਕਿੰਗ ਕਰਨੀ ਪੇਸ਼ੈਂਟ ਨੂੰ ਚੰਗਾ ਉਹਦਾ ਮਨੋਬਲ ਹੁਣ ਕੀ ਹੋਇਆ ACP ਜਿਹੜੇ ਇਸ ਬਿਮਾਰੀ ਨਾਲ ਲੜਦੇ ਹੋਏ ਨਹੀਂ ਰਹੇ ਇਸ ਦੁਨੀਆਂ ਤੇ ਉਹਨਾਂ ਦੀ ਪਤਨੀ ਆਪਣੇ ਬੇਟਿਆਂ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਨ ਵਾਸਤੇ ਤੜਫਦੀ ਰਹੀ ਇੱਥੋਂ ਤੱਕ ਸੁਣਨ ਦੇ ਵਿੱਚ ਆਇਆ ਕਿ ਇੱਕ ਜੱਚਾ ਬੱਚਾ ਜਿਹੜਾ ਸਿਵਲ ਹਸਪੀਟਲ ਦੀ ਬਿਲਡਿੰਗ ਹੈਗੀ ਉਹਨੂੰ ਕੋਵਿਡ ਹਸਪੀਟਲ ਦੇ ਵਿੱਚ ਤਬਦੀਲ ਕੀਤਾ ਉੱਥੇ ਪੁਲਿਸ ਦਾ ਇੱਕ ਮੁਲਾਜ਼ਮ ਜਿਹੜਾ ਕਰੋਨਾ ਪੋਜ਼ਿਟਿਵ ਸੀ ਉਹ ਡਾਕਟਰਾਂ ਦੀ ਅਣਦੇਖੀ ਅਣਗਹਿਲੀ ਤੋਂ ਤੰਗ ਆ ਕੇ ਬਿਨਾਂ ਦੱਸੇ ਭੱਜ ਗਿਆ ਉੱਥੋਂ ਪੁਲਿਸ ਉਹਨੂੰ ਲੱਭ ਰਹੀ ਹੈ ਵੀ ਉਹ ਹੈ ਕਿੱਥੇ ਹੈ ਇੱਕ ਹੋਰ ASI ਸ਼ਾਇਦ ਉਹਨਾਂ ਦਾ ਨਾਮ ਸਰਦਾਰ ਸੁਖਦੇਵ ਸਿੰਘ ਆ ਉਹਨਾਂ ਨੇ ਪੁਲਿਸ ਕਮਿਸ਼ਨਰ ਤੱਕ ਪਹੁੰਚ ਕੀਤੇ ਵੀ ਮੇਰਾ ਇੱਥੇ ਕੋਈ ਇਲਾਜ ਕੋਈ ਦੇਖਭਾਲ ਨਹੀਂ ਹੋ ਰਹੀ ਇੱਕ UK ਤੋਂ ਲੇਡੀ ਨੇ ਵੀਡੀਓ ਵਾਇਰਲ ਕੀਤਾ ਵੀ ਡਾਕਟਰ ਇੱਦਾਂ ਦਾ ਟ੍ਰੀਟ ਕਰ ਰਹੇ ਆ ਕਿ ਜੇ ਕੋਈ ਕਰੋਨਾ ਪੋਜ਼ਿਟਿਵ ਆ ਜਾਂਦਾ ਉਹ ਕਹਿੰਦੇ ਡੈੱਡ ਬਾਡੀ ਆ ਗਈ ਸੋ ਮੇਰੀ ਡਾਕਟਰ ਸਾਹਿਬਾਨ ਨੂੰ ਸਿਨਮਰ ਬੇਨਤੀ ਆ ਤੁਸੀਂ ਚਿੱਟੇ ਕੋਟ ਵਾਲੇ ਦੇਵਤੇ ਹੋ ਆਪਣੇ ਦੇਵਤਿਆਂ ਦੇ ਸਰੂਪ ਦੇ ਵਿੱਚ ਰਹੋ ਇਹ ਔਕ ਜਿਹੜੀ ਆਉਣੀ ਹੈ ਐਂਡ ਮੋਰਓਵਰ ਮੈਨੂੰ ਲੁਧਿਆਣੇ ਦੇ ਬਹੁਤ ਸਾਰੇ ਨਾਮੀ ਹਸਪੀਟਲਾਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਕੀ ਆਈਆਂ ਕੋਈ ਬੰਦਾ ਦੂਸਰੀ ਬਿਮਾਰੀ ਤੋਂ ਪੀੜਤ ਸਪੋਜ਼ ਕਰੋ ਕੋਈ ਬ੍ਰੇਨ ਹੈਮਰੇਜ ਕੋਈ ਹਾਰਟ ਨਾਲ ਰਿਲੇਟਡ ਕੋਈ ਦੂਸਰੀ ਤੀਸਰੀ ਬਿਮਾਰੀ ਨਾਲ ਰਿਲੇਟਡ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਹੋਇਆ ਡਾਕਟਰ ਉਹਦੇ ਕੋਲ ਜਾਣ ਤੋਂ ਵੀ ਡਰਦੇ ਜੂਨੀਅਰ ਸਟਾਫ ਜਾ ਰਿਹਾ ਉੱਥੇ ਸਵੇਰੇ ਬਹੁਤ ਵੱਡੀ ਨੈਗਲੀਜੈਂਸੀ ਹੈਗੀ ਹੈ ਬਹੁਤ ਵੱਡੀ ਇਹ ਮੈਂ ਕਹੂੰਗਾ ਡਾਕਟਰਾਂ ਦੀ ਅਣਗਹਿਲੀ ਹੈਗੀ ਹੈ ਸੋ ਡਾਕਟਰ ਭਰਾਵਾਂ ਨੂੰ ਤੇ ਸਰਕਾਰ ਨੂੰ ਮੇਰੀ ਸਨਿਮਰ ਬੇਨਤੀ ਹੈ ਡਾਕਟਰਾਂ ਨੂੰ ਬੇਨਤੀ ਹੈ ਵੀ ਉਹ ਕਿਰਪਾ ਕਰਕੇ ਕਰੋਨਾ ਪੇਸ਼ੈਂਟ ਦੇ ਨਾਲ ਹਮਦਰਦੀ ਦੇ ਨਾਲ ਉਹਦਾ ਇਲਾਜ ਕਰੋਨਾ ਬਿਮਾਰੀ ਮੇਰਾ ਖਿਆਲ ਹੈ ਜਿੰਨੇ ਲੋਕ ਜਿਹੜੇ ਪੋਜ਼ਿਟਿਵ ਤੋਂ ਨੈਗੇਟਿਵ ਹੋਏ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕੀ ਕਹਿੰਦੇ ਕਹਿੰਦੇ ਸਟੀਮ ਗਰਮ ਪਾਣੀ ਕਾੜਾ ਇਹੀ ਸਾਰਾ ਕੁਛ ਹੈਗਾ ਮਨੋਬਲ ਤਕੜਾ ਤੇ ਉਹ ਬਿਮਾਰੀ ਨੂੰ ਹਰਾ ਕੇ ਘਰੇ ਵਾਪਸ ਆ ਗਿਆ ਨੈਗੇਟਿਵ ਹੋ ਗਿਆ ਸੋ ਇੰਨਾ ਡਰ ਕੇ ਗੱਡੀ ਨਹੀਂ ਚੱਲਣੀ ਤੇ ਦੂਜਾ ਜਿਹੜੇ ਜਨਰਲ ਬਿਮਾਰੀਆਂ ਦੇ ਪੇਸ਼ੈਂਟ ਤੁਹਾਡੇ ਹਸਪੀਟਲਾਂ ਦੇ ਵਿੱਚ ਆਏ ਤੁਸੀਂ ਉਹਨਾਂ ਨੂੰ ਦੇਖਣ ਤੋਂ ਵੀ ਕੰਨੀ ਕਤਰਾ ਰਹੇ ਹੋ
उथे भी थोड़ा जूनियर स्टाफ जा रहा, चाहे वह दयानंद हो, सीएमसी हो, फोर्टिस हो, पोलो हो, मेरे को सारे वे होस्पिटल का, छोटे होस्पिटलों तो जोड़े दाखिल मरीज, उन्होंने अटेंडेंट, उन्होंने रिश्तेदार, परिवारक मैंबर टैलीफोन करते हैं। मैं डॉक्टर साहबाना फोन करना भी यार इदा ना करो। सो मेरी इतने डॉक्टर सुनिमर बेनती अपील, उकार भी सुनिमर बेनती है भी तुम कृपा करके इजराइल की गवर्नमेंट का मॉडल इतने लागू कर दौ। पिछले दिन अखबारों के इजराइल की गवर्नमेंट कोरोना किमें लड़ रही है, वो एक बहुत वड्डी न्यूज आई। इजराइल की गवर्नमेंट ने जिहड़ा उत्थों दा गुप्तचर विभाग आ, जिहड़ा खुफिया तंत्र आ इजराइल की सरकार का, उन्हें अपने खुफिया तंत्र की ड्यूटी लाई है भी तुसी जाके हॉस्पिटल दे विच ये देखो भी डॉक्टर मरीजा का सही इलाज कर रहे हैं। मतलब कि गुप्तचर विभाग की ड्यूटी लगी है हॉस्पिटलों के अंदर डॉक्टर यह देखने वास्ते कि उत्थे दाखिल मरीजा का इलाज डॉक्टर साहबान सही कर रहे हैं। सो मेरी सरकार को सुनिमर बेनती है, डॉक्टर साडा पार्ट है, साडे लई बड़े सन्मान योग है, पर वो जिथे अणगहली वरतन ते सरकार अपनी ड्यूटी जरूर करे। सो मैं फिर तुहाडी सारयां दी सेहतयाबी लई कामना करदा, वाहिगुरू दे चरणां च अरदास बेनती करदा, गुरु कृपा करे। जिहड़ा पूरे विश्व के उत्ते एक बहुत वड्डा खतरा मानवता के उत्ते मंडरा रहा, इस खतरे नूं जल्दी तो जल्दी गुरु साहब पार बख्शिश करदे हुए खत्म कर देण। बहुत बहुत तुहाडा शुक्रिया। वाहिगुरू तुहानूं तंदुरुस्ती बख्शिश करे। सत श्री अकाल। वाहिगुरू जी का खालसा, वाहिगुरू जी की फतह।